ਸਤਿ ਸ਼੍ਰੀ ਅਕਾਲ। ਲਓ ਜੀ ਬਾਈ, ਸਾਡਾ ਵੱਡਾ ਬਾਈ ਤਾਰੀ ਛੋਕਰਾਂ ਬਾਈ ਸਟਾਰ ਪਲੇਅਰ ਆਇਆ ਆਪਣੇ ਕੋਲ। ਬੱਚਿਆਂ ਨੂੰ ਬਣਾ ਉਹਨਾਂ ਦੇ ਹੈ, ਉਹਨਾਂ ਦੀ ਆਉਣੀ ਆ। ਇਹ ਗੁੰਨੇ ਦੇ ਘਰੇ ਆ ਬੱਚਾ ਕੱਢਿਆ ਹੋਇਆ। ਪਤਾ ਤਾਂ ਹੀ ਉਹ ਆਇਆ ਦੀਪ ਬਾਈ, ਮੈਨੂੰ ਲੱਗਿਆ ਉਹੀ ਆ ਵੀ ਗੁੰਨਾ ਹੀ ਆ ਬਾਈ, ਪਰ ਮੈਨੂੰ ਜਾਣਦਾ ਵੀ ਨਹੀਂ, ਹਲ ਤੱਕ ਮਿਲੇ ਵੀ ਨਹੀਂ। ਬੱਚੇ ਵੀ ਘਰ ਮੋੜਦੇ ਹੋਣਗੇ? ਨਹੀਂ, ਬਹੁਤ ਵਧੀਆ ਭੱਜਿਆ ਨਹੀਂ ਬਾਈ ਇੱਕ ਵੀ ਇਹਨਾਂ ਦਾ ਜਿਹੜਾ ਛੱਡਣਾ ਤਾਂ ਇਹਨੇ ਕੀ ਆ ਪੁੰਨੂ ਵਾਲਿਆਂ 'ਚ ਆ। ਚੱਕ ਕੇ ਸਿੱਟਣੇ ਸੀ ਹੁਣ ਮਾਮਾ ਧੀਆਂ ਤੇ ਉਹਨੇ ਕਬੂਤਰ ਕੱਢੀ ਇਹਨੇ ਵੀ। ਹਾਂ ਹਾਂ, ਕਬੂਤਰੀ ਜਿਵੇਂ ਕਬੂਤਰੀ ਦੇ ਉਹਨਾਂ ਖੇਡੇ ਆ। ਨਾ ਮੇਰੇ ਚੋਂ ਨਾ ਹੀ ਨਿਕਲ ਜਾਵੇ ਤੁਹਾਡੇ, ਤਾਂ ਇਹਨੇ ਕਿੱਥੇ ਜਾਣਾ। ਆਹ ਕਬੂਤਰ ਆ ਇਹਦੇ ਨਾਲ ਬਾਈ, ਇਹ ਸਾਡੇ ਪਿੰਡ ਦੇ ਹੀ ਆ, ਕਾਣੇ ਦਾ ਪੱਠਾ। ਇਹਦਾ ਵੀ ਵਜੇ ਬਹੁਤ ਉੜੇ ਨੇ। ਬਹੁਤ ਉੱਡੇ ਨੇ ਬਾਈ ਇਹਦਾ ਬੱਚਾ, ਹੁਣ ਚੌਥੀ ਡਾਰੀ ਆਪਣੇ ਕੋਲ, ਪਰ ਕੱਲ 4 ਵਜੇ ਬਿਠਾਇਆ ਨਵਾਂ ਬੱਚਾ। ਹਾਂ ਜੀ ਹਾਂ, ਨਹੀਂ ਬਾਕੀ ਤਾਂ ਸੁੱਕੇ ਹੋਏ ਨੇ। ਆਹ ਤਾਂ ਥੱਲੇ ਬਾਈ ਪੱਟਣ ਵਾਲੇ ਨੇ ਕਬੂਤਰ, ਜਿਹੜੇ ਥੱਲੇ ਨੇ ਇਹਨੂੰ ਹੁਣ ਅੱਜ ਚੱਕਣਾ, ਕੱਲ੍ਹ ਕੁੱਲ ਨੂੰ ਚੱਕ ਕੇ ਆ ਬੱਚੇ ਚੱਕ ਲੈਣੇ। ਇਹਨਾਂ ਦੇ ਆਂਡੇ ਧਰਾ ਕੇ ਗਾਹਾਂ ਹੋਰਾਂ ਤੋਂ ਕਢਾਇਆ ਕਰ। ਠੀਕ ਹੈ ਜੀ, ਇਹਨਾਂ ਤੇ ਨਾ ਜ਼ੋਰ ਪਾਇਆ। ਮੈਂ ਤਾਂ ਜੀ ਇਹਨਾਂ ਤੋਂ ਹੀ ਕਢਾਏ ਨੇ, ਆਪਾਂ ਝੂਠ ਨਹੀਂ ਕਹਿੰਦੇ ਤੁਹਾਨੂੰ। ਅੱਜ ਜੋੜੇ ਤੇਰੇ ਵਧੀਆ ਵਾ, ਮੁੜ ਕੇ ਕੱਲ ਨੂੰ ਇਹ ਆਂਡੇ ਫੋਕੇ ਲਾਉਣ ਲੱਗ ਜਾਣਗੇ। ਠੀਕ ਹੈ ਜੀ, ਵੀ ਇਹਨਾਂ ਤੋਂ ਇੱਕ ਅੱਧਾ ਕਢਾ ਲਓ, ਬਾਕੀ ਦੂਜਿਆਂ ਤੋਂ। ਇਸੇ ਜੋੜੇ ਦੀ ਹੈ ਵੀ, ਜਿਵੇਂ ਸੇਮ ਹੀ ਕੱਢਦੇ ਆ, ਹੋਰ ਰੰਗ ਨੀ ਕੱਢਦੇ ਕੋਈ। ਆਹੀ ਇੱਕ, ਇਹ ਇੱਕ ਕਾਲ ਸਿਰੇ, ਆਹੀ ਦੋ ਇਹ ਕੱਢਦੇ ਨੇ। ਵਧੀਆ ਚੰਗੀ ਗੱਲ, ਮਿਹਨਤ ਕਰਾਂਗੇ ਤਾਂ ਆਪਾਂ ਸਾਰਾ ਕੁਛ ਹੀ। ਉਹ ਨਾ ਸਬਜ਼ੀ ਦਾ ਕੰਮ ਆ ਬਾਈ, ਉਹਦੇ ਕਰਕੇ ਸਬਜ਼ੀ ਸੁਬਜ਼ੀ ਲਾਉਂਦੇ ਆਪਾਂ। ਅੱਛਾ, ਉਹਦੇ ਕਰਕੇ।